ਸਸਿਕਾਲ ਮੈਂ ਸੰਦੀਪ ਸ਼ਰਮਾ ਇੱਕ ਵਾਰੀ ਫਿਰ ਤੁਹਾਡਾ ਰੂਪ ਰੋ ਰਿਹਾ ਵੱਡੀ ਅਪਡੇਟ ਲੈ ਕੇ ਸੋ ਵੱਡੀ ਅਪਡੇਟ ਆ ਰਹੀ ਹੈ ਆਮ ਆਦਮੀ ਪਾਰਟੀ ਤੋਂ ਆਮ ਆਦਮੀ ਪਾਰਟੀ ਦੀ ਚਾਹੇ ਔਪਚਾਰਿਕ ਤਰੀਕੇ ਨਾਲ ਸਰਕਾਰ ਹਜੇ ਨਹੀਂ ਬਣੀ ਹੈਗੀ ਹੈ ਚਾਹੇ ਉਹਨਾਂ ਨੇ ਹਜੇ ਪ੍ਰੋਪਰ ਸਹੀ ਤਰੀਕੇ ਨਾਲ ਕਹਿ ਲਓ ਫਾਈਨੈਂਸ ਜਿਹੜੀ ਹੈਗੀ ਹੈ ਸਰਕਾਰ ਨੂੰ ਇੱਕ ਨਹੀਂ ਹਜੇ ਅਮਲੀ ਜਾਮਾ ਨਹੀਂ ਪਵਾਇਆ ਗਿਆ ਪਰ ਉਹਨਾਂ ਨੇ ਜਿਹੜੇ ਆਪਣੀ ਗਰੰਟੀਆਂ ਦਿੱਤੀਆਂ ਹੋਈਆਂ ਸੀ ਜੀ ਹਾਂ ਜਿਹੜੀਆਂ ਗਰੰਟੀਆਂ ਦਿੱਤੀਆਂ ਸੀ ਚੁਣਾਵੀ ਵਾਅਦੇ ਸੀਗੇ ਉਹ ਲੱਗਦਾ ਹੈ ਕਿ ਪੂਰੇ ਕਰਨ ਵੱਲ ਆਪਣਾ ਜਿਹੜੀ ਪਹਿਲਕਦਮੀ ਹੈ ਲਗਾਤਾਰ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ ਜਿੱਥੇ ਉਹਨਾਂ ਦੇ ਵਿਧਾਇਕ ਵੱਖ ਵੱਖ ਅਲੱਗ ਅਲੱਗ ਇਲਾਕਿਆਂ ਦੇ ਵਿੱਚ ਅਲੱਗ ਅਲੱਗ ਵਿਭਾਗਾਂ ਦੇ ਵਿੱਚ ਮੋਰਚਾ ਸੰਭਾਲ ਕੇ ਬੈਠ ਗਏ ਔਰ ਛਾਪੇਮਾਰੀ ਕਰਨ ਲੱਗ ਪਏ ਜਾਂ ਜ਼ਮੀਨੀ ਹਕੀਕਤ ਦੇਖਣ ਲਈ ਪਹੁੰਚ ਗਏ ਹੈ ਉੱਥੇ ਹੀ ਅੱਜ ਜਿਹੜਾ ਸਭ ਤੋਂ ਵੱਡਾ ਉਪਰਾਲਾ ਕਰ ਦਿੱਤਾ ਜਿਹੜਾ ਉਹਨਾਂ ਦੀ ਗਰੰਟੀਆਂ ਦਿੱਤੀਆਂ ਗਈਆਂ ਸੀ ਸੋ ਪਹਿਲੀ ਗਰੰਟੀ ਅੱਜ ਜਿਹੜੀ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਲੋਕਾਂ ਨੂੰ ਦਿੱਤੀ ਗਈ ਸੀ ਲੱਗਦਾ ਕਿ ਉਹਦੇ ਵੱਲ ਉਹਨਾਂ ਦਾ ਜਿਹੜਾ ਕੁਣਬਾ ਬੁਣ ਲਿਆ ਹੈਗਾ ਸੋ 1 ਅਪ੍ਰੈਲ ਤੋਂ ਘੋਸ਼ਣਾ ਕਰ ਦਿੱਤੀ ਗਈ ਹੈ ਕਿ 1 ਅਪ੍ਰੈਲ ਤੋਂ ਪੰਜਾਬ ਦੇ ਵਿੱਚ ਹੁਣ ਜਿਹੜੀ ਪਹਿਲੀ ਗਰੰਟੀ ਸੀ ਬਿਜਲੀ ਦੀ ਉਹ ਲਾਗੂ ਕਰਨ ਜਾ ਰਹੇ ਹੈ ਅਨਾਊਂਸਮੈਂਟ ਕਰ ਦਿੱਤੀ ਗਈ ਹੈ ਫਿਰ ਚਾਹੇ ਉਹ ਕੋਈ ਵੀ MLA ਹੋਵੇ ਸਾਰੇ MLA ਆਪਣੇ ਆਪਣੇ ਇਲਾਕੇ ਦੇ ਵਿੱਚ ਲੋਕਾਂ ਦੇ ਵਿੱਚ ਇਹ ਜਿਹੜਾ ਹੈਗਾ ਮੈਸੇਜ ਦੇ ਰਹੇ ਹੈ ਐਲਾਨ ਕਰ ਚੁੱਕੇ ਹੈ ਕੋਈ ਪ੍ਰੈਸ ਕਾਨਫਰੰਸ ਕਰ ਰਿਹਾ ਜਾਂ ਲੋਕਾਂ ਦੇ ਵਿੱਚ ਜਾ ਕੇ ਅਨਾਊਂਸ ਕਰ ਰਿਹਾ ਸੋ ਪਹਿਲੀ ਜਨਵਰੀ ਹੁਣ 1 ਅਪ੍ਰੈਲ ਤੋਂ ਜੀ ਹਾਂ 1 ਅਪ੍ਰੈਲ ਤੋਂ ਜਿੱਦਾਂ ਹੀ ਨਵਾਂ ਸਾਲ ਫਾਈਨੈਂਸ਼ੀਅਲ ਈਅਰ ਸ਼ੁਰੂ ਹੁੰਦਾ ਹੈ 1 ਅਪ੍ਰੈਲ ਤੋਂ ਹੁਣ ਪੰਜਾਬ ਦੇ ਲੋਕਾਂ ਨੂੰ 300 ਯੂਨਿਟ ਫ੍ਰੀ ਬਿਜਲੀ ਜਿਹੜੀ ਹੈ ਉਹ ਮਿਲਣੀ ਸ਼ੁਰੂ ਹੋ ਜਾਏਗੀ ਜੀ ਹਾਂ ਜਿਹੜੇ ਲੋਕਾਂ ਨੂੰ ਪਹਿਲਾਂ ਗਰੰਟੀ ਦਿੱਤੀ ਗਈ ਸੀ ਪਹਿਲਾ ਸਪਨਾ ਸੀਗਾ 300 ਯੂਨਿਟ ਬਿਜਲੀ ਜਿਹੜੀ ਹੈਗੀ ਹੈ ਉਹ ਫ੍ਰੀ ਮਿਲਣੀ ਸ਼ੁਰੂ ਹੋ ਜਾਏਗੀ ਖਪਤਕਾਰਾਂ ਲਈ ਖੁਸ਼ਖਬਰੀ ਹੈ ਪੰਜਾਬ ਦੇ ਖਪਤਕਾਰਾਂ ਲਈ ਕਿ ਪੰਜਾਬ ਸਰਕਾਰ ਚਾਹੇ ਹਜੇ ਔਪਚਾਰਿਕ ਰੂਪ 'ਚ ਦੇ ਵਿੱਚ ਉਹਨੇ ਹਜੇ ਨਹੀਂ ਸਹੁੰ ਨਹੀਂ ਚੱਕੀ ਹੈ CM 16 ਤਰੀਕ ਨੂੰ ਸਹੁੰ ਚੱਕਰ ਰਹੇ ਹੈ ਪਰ 15 ਤਰੀਕ ਨੂੰ ਹੀ ਇਹ ਘੋਸ਼ਣਾ ਕਰ ਦਿੱਤੀ ਗਈ ਹੈ ਐਲਾਨ ਕਰ ਦਿੱਤੀ ਗਈ ਹੈ ਕਿ 1 ਅਪ੍ਰੈਲ ਤੋਂ ਜਿਹੜੀ ਪਹਿਲੀ ਗਰੰਟੀ ਹੈ ਉਹ ਲਾਗੂ ਕੀਤੀ ਜਾ ਰਹੀ ਹੈ ਸੋ ਇਹਦੇ ਵਿੱਚ ਦੱਸ ਦਈਏ ਕਿ ਜਿਹੜੀ 1 ਅਪ੍ਰੈਲ ਤੋਂ ਹੁਣ ਲਾਗੂ ਕੀਤੀ ਜਾ ਰਹੀ ਹੈ ਪਹਿਲੀ ਗਰੰਟੀ ਉਹਦੇ ਵਿੱਚ 300 ਯੂਨਿਟ ਮੁਫਤ ਬਿਜਲੀ ਸਾਰੇ ਪੰਜਾਬੀਆਂ ਨੂੰ ਮਿਲੇਗੀ ਜਿੱਦਾਂ ਕਿ ਜੋ ਵੀ ਉਹਦਾ ਉਹਨਾਂ ਨੇ ਇੱਕ ਰੱਖਿਆ ਸੀਗਾ ਸਿਸਟਮ ਨਿਯਮ ਬਣਾਇਆ ਸੀ ਕਿ ਪਹਿਲੇ 300 ਯੂਨਿਟ ਫ੍ਰੀ ਮਿਲੇਗੀ 301 ਯੂਨਿਟ ਤੋਂ ਜਿਹਦੇ ਵੀ 301 ਯੂਨਿਟ ਹੋ ਗਏ ਉਹਨੂੰ ਸਾਰੇ ਯੂਨਿਟਾਂ ਦਾ ਪੈਸਾ ਜਿਹੜਾ ਦੇਣਾ ਪਏਗਾ ਪਰ ਜਿਹੜਾ ਇੱਕ ਆਮ ਆਦਮੀ ਹੈ ਜਿਹਦੇ ਘਰ ਦਾ ਬਿੱਲ ਸਿਰਫ 300 ਯੂਨਿਟ ਤੱਕ ਸੀ ਉਹਦੇ ਲਈ ਵੱਡੀ ਖੁਸ਼ਖਬਰੀ ਹੈ ਉਹਨਾਂ ਨੂੰ ਹੁਣ 300 ਯੂਨਿਟ ਤੱਕ ਕੋਈ ਵੀ ਪੈਸਾ ਨਹੀਂ ਦੇਣਾ ਪਵੇਗਾ ਸੋ ਪੰਜਾਬ ਦੀ ਜਨਤਾ ਦੇ ਨਾਲ ਕੀਤੇ ਹੋਏ ਆਮ ਆਦਮੀ ਪਾਰਟੀ ਦੇ ਵਾਅਦੇ ਗਰੰਟੀਆਂ ਜਿਹੜੀਆਂ ਹੈਗੀਆਂ ਲਾਗੂ ਹੋਣੇ ਆ ਸ਼ੁਰੂ ਹੋ ਰਹੀ ਹੈ ਸੋ 1 ਅਪ੍ਰੈਲ ਦਾ ਦਿਨ ਚੁਣਿਆ ਗਿਆ ਹਾਲਾਂਕਿ 1 ਅਪ੍ਰੈਲ ਨੂੰ ਅਪ੍ਰੈਲ ਫੂਲ ਦਾ ਦਿਨ ਵੀ ਹੁੰਦਾ ਹੈ ਪਰ ਸਰਕਾਰ ਨੇ ਗਰੰਟੀ ਦਿੱਤੀ ਸੀ ਸੋ ਉਮੀਦ ਕਰਦੇ ਹਾਂ ਕਿ ਇਹ ਅਪ੍ਰੈਲ ਫੂਲ ਨਹੀਂ ਮਨਾਇਆ ਜਾ ਰਿਹਾ ਹੈਗਾ ਕਿਉਂਕਿ ਪੰਜਾਬ ਦੇ ਵਿੱਚ ਅਪ੍ਰੈਲ ਫੂਲ ਮਨਾਉਣਾ ਵੀ ਇੱਕ ਆਪਣੇ ਆਪ ਦੇ ਵਿੱਚ ਬੜਾ ਸਾਡਾ ਇੱਕ ਹੱਕ ਸਮਝਿਆ ਜਾਂਦਾ ਔਰ ਬੜਾ ਹਾਸੇ ਮਜ਼ਾਕ ਦੇ ਵਿੱਚ ਇਹਨੂੰ ਲਿੱਤਾ ਜਾਂਦਾ ਪਰ ਇਹ ਸਰਕਾਰ ਅਪ੍ਰੈਲ ਫੂਲ ਲੱਗਦਾ ਨਹੀਂ ਕਿ ਮਨਾਏਗੀ ਕਿਉਂਕਿ ਸਰਕਾਰ ਨੂੰ ਜਿਹੜਾ ਹੈਗਾ ਪੰਜਾਬ ਦੀ ਜਨਤਾ ਨੇ ਭਰਵਾਂ ਹੁੰਗਾਰਾ ਦਿੱਤਾ 92 ਸੀਟਾਂ ਜਿਤਾਈਆਂ ਹੈਗੀਆਂ ਜਿੱਦਾਂ ਕਿ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਨੇ ਕਹਿ ਕੇ ਮੰਗਿਆ ਸੀਗਾ ਕਿ 1 ਮੌਕਾ ਕੇਜਰੀਵਾਲ ਨੂੰ ਸੋ 1 ਮੌਕਾ ਕੇਜਰੀਵਾਲ ਨੂੰ ਮਿਲ ਗਿਆ ਸੋ ਕੇਜਰੀਵਾਲ ਵੀ ਹੁਣ ਇਹ ਲੱਗ ਰਿਹਾ ਕੇਜਰੀਵਾਲ ਤੇ ਭਗਵੰਤ ਮਾਨ ਵੀ ਪਿੱਛੇ ਨਹੀਂ ਹਟ ਰਹੇ ਜੋ ਜਨਤਾ ਨਾਲ ਕੀਤੇ ਵਾਅਦੇ ਉਹਨੂੰ ਨਿਭਾਉਣ ਨੂੰ ਜਿਹੜੇ ਹੈਗੇ ਆ ਤਤਪਰ ਨਜ਼ਰ ਆ ਰਹੇ ਆ ਸੋ ਗੱਲਬਾਤ ਕਰੀਏ ਤਾਂ ਹੁਣ ਇਹ ਵੀ ਦੱਸ ਦਈਏ ਕਿ ਲਗਭਗ ਪੰਜਾਬ ਦੇ ਜਿਹੜੇ ਅੰਕੜੇ ਦੱਸ ਰਹੇ ਹੈ ਸੂਤਰ ਦੇ ਅਨੁਸਾਰ ਲਗਭਗ ਇਹ ਅੰਕੜਿਆਂ 'ਚ 19-21 ਦਾ ਫਰਕ ਹੋ ਸਕਦਾ ਪਰ ਫਿਲਹਾਲ ਇਹ ਅੰਕੜੇ ਜੇ ਗੱਲਬਾਤ ਕਰੀਏ ਤਾਂ ਪੰਜਾਬ ਦੇ ਵਿੱਚ ਇਸ ਵੇਲੇ 1 ਕਰੋੜ ਦੇ ਕਰੀਬ ਬਿਜਲੀ ਖਪਤਕਾਰ ਹੈਗੇ ਹੈ ਜਿਹਦੇ ਵਿੱਚੋਂ ਗੱਲਬਾਤ ਕਰੀਏ ਤਾਂ 73 ਲੱਖ ਘਰੇਲੂ ਖਪਤਕਾਰ ਹੈਗੇ ਹੈ ਉਸ ਤੋਂ ਬਾਅਦ ਜੇ ਗੱਲਬਾਤ ਕਰੀਏ ਤਾਂ 11.50 ਲੱਖ ਵਪਾਰਿਕ ਯਾਨੀ ਕਿ ਦੁਕਾਨਦਾਰ ਜਾਂ ਜਿਹੜੇ ਹੈਗੇ ਆ ਵੱਡੇ ਕਮਰਸ਼ੀਅਲ ਜਿਹੜੇ ਹੈਗੇ ਆ ਉਹ ਜਿਹੜੇ ਖਪਤਕਾਰ ਹੈਗੇ ਬਿਜਲੀ ਖਪਤਕਾਰ ਹੈ ਸੋ 11.50 ਲੱਖ ਵਪਾਰਿਕ ਜਿਹਦੇ ਵਿੱਚ ਮੌਲ ਵੀ ਆ ਜਾਂਦੇ ਦੁਕਾਨਾਂ ਵੀ ਆ ਜਾਂਦੀਆਂ ਸੋ ਇੱਦਾਂ ਦੇ ਵੱਡੇ ਵੱਡੇ ਸ਼ੋਰੂਮ ਵੀ ਆ ਜਾਂਦੇ ਸੋ ਉਹ ਖਪਤਕਾਰ ਹੈ 1.5 ਲੱਖ ਉਦਯੋਗਿਕ ਇਕਾਈਆਂ ਦੇ ਖਪਤਕਾਰ ਹੈ 1.5 ਲੱਖ ਉਦਯੋਗਿਕ ਇਕਾਈਆਂ ਦੇ ਪੰਜਾਬ ਦੇ ਵਿੱਚ ਜਿਹੜੇ ਖਪਤਕਾਰ ਦੱਸੇ ਜਾ ਰਹੇ ਹੈ ਇਹ ਅੰਕੜੇ ਦੇ ਵਿੱਚ 19-21 ਕੋਈ ਹੇਰ ਫੇਰ ਹੋ ਸਕਦਾ ਕਿਉਂਕਿ ਇਹ ਜਿੱਦਾਂ ਦੇ ਸਾਨੂੰ ਸੂਤਰਾਂ ਦੇ ਹਵਾਲੇ ਤੋਂ ਜਿੰਨੀ ਜਾਣਕਾਰੀ ਮਿਲੀ ਅਸੀਂ ਉਹ ਕਲੈਕਟ ਕੀਤੀ ਹੈ ਸੋ ਪਰ ਇਹਦੇ ਵਿੱਚ 19-21 ਦਾ ਫਰਕ ਹੋ ਸਕਦਾ ਸੋ ਦੱਸੀਏ ਤਾਂ 14 ਲੱਖ ਖੇਤੀਬਾੜੀ ਦੇ ਵੀ ਜਿਹੜੇ ਖਪਤਕਾਰ ਹੈਗੇ ਆ ਜਿਹਨਾਂ ਨੂੰ ਪਹਿਲਾਂ ਤੋਂ ਹੀ ਫ੍ਰੀ ਬਿਜਲੀ ਜਿਹੜੀ ਹੈ ਮਿਲਦੀ ਪਈ ਹੈ ਪਹਿਲਾਂ ਤੋਂ ਹੀ ਸਬਸਿਡੀ ਕਿਉਂਕਿ ਕਿਸਾਨਾਂ ਨੂੰ ਕਿਸਾਨੀ ਨੂੰ ਜਿਹੜੀ ਹੈ ਪੈਦਾਵਾਰ ਲਈ ਜਿਹੜੀ ਹੈ ਹਮੇਸ਼ਾ ਤੋਂ ਫ੍ਰੀ ਬਿਜਲੀ ਦਿੱਤੀ ਜਾ ਰਹੀ ਹੈ ਵੱਖ ਵੱਖ ਸਰਕਾਰਾਂ ਨੂੰ ਸੋ ਇਹ 14 ਲੱਖ ਖੇਤੀਬਾੜੀ ਦੇ ਉਹ ਖਪਤਕਾਰ ਹੈ ਜਿਹੜੇ ਪਹਿਲਾਂ ਹੀ ਇਹ ਬਿਜਲੀ ਜਿਹੜੀ ਹੈ ਫ੍ਰੀ ਲੈ ਰਹੇ ਆ ਸੋ ਗੱਲਬਾਤ ਕਰੀਏ ਤਾਂ
सबसिडी दी, जी हाँ सबसिडी दी भी गलबात करिए तो पंजाब सरकार को कुल 10 करोड़ रुपए की सबसिडी का बजट हैगा, जिदे विचो ऑलरेडी जो गलबात करिए किसानां नूं किसानी लई जिहड़ी बिजली दित्ती जांदी है ते उहदे विच 7180 करोड़ यानी कि 7180 करोड़ रुपए की किसानी नूं बिजली जिहड़ी है सबसिडी दे विच दित्ती जांदी है। फिलहाल ये जिहड़ी हैगी इक वड्डा तुहानूं असीं आंकड़ा दसण च थोड़ा जिहा कोशिश कीती हैगी है कि कितना दा पंजाब दे विच बिजली दा जिहड़ा स्ट्रक्चर हैगा, 1 करोड़ बिजली दे खपतकार है, 73 लाख घरेलू है, 11.50 लाख व्यापारक हैगे है, 1.50 उद्योगिक हैगे है, 14 लाख खेतीबाड़ी दे हैगे है। सो इस सारे टोटल खपतकारा दा तुहानूं एक आंकड़ा असीं दस्सिया जिहदे विचों 10 करोड़ रुपए की जिहड़ी सरकार कोल सबसिडी है उहदे विचों 7180 करोड़ रुपए की किसानी नूं ऑलरेडी सबसिडी फ्री जा रही है। हालांकि इस गल तों भी इस एक होर लकूना वड्डा हैगा कि पंजाब सरकार जिहड़ी 300 यूनिट फ्री बिजली दे रही सी उह कित्थों दित्ती जाएगी, किवें दित्ती जाएगी, उहदा बोझ किहदे ते पएगा, तां तुहानूं दस दईए कि इहदे विच इक होर पहलू बड़ा इंपोर्टेंट हैगा। हजे तक हुण इह वी लोकां दे विच चर्चा बनिया कि पंजाब सरकार आम आदमी पार्टी की यह जिहड़ा हैगा चोरी बिजली चोरी, जी हाँ दस्सिया जांदा सी, असीं नहीं कह रहे, RTI एक्टिविस्टां वल्लों वख-वख समें ते RTI पा के जिहड़े खुलासे किए गए थे जिदे ते कभी भी ना तो कैप्टन सरकार ने ना ही अकाली सरकार ने कभी ये नोटिस लिता, क्योंकि जिहड़ी बिजली चोरी सी, जी हाँ वड्डी गल दसी है कि बिजली चोरी सी, सब तो वड्डी बिजली चोरी जो पंजाब च की जा रही थी तो राजनेतावां दे अपने अपने हल्कियां चों की जा रही थी। तो सब पहले नंबर पर जिहड़ी बिजली चोरी होंदी सी वह मजीठे च होंदी सी, मजीठे इलाके च होंदी सी, सब तो ज़्यादा वड्डी बिजली चोरी उत्थों होंदी सी। उस तो बाद दूजे नंबर ते बिजली चोरी ते विच लंबी, जी हाँ बादलों के पिंड ते बादलों के हल्के तो बठिंडा वाले पासे ते कीती जांदी सी, और तीजे नंबर ते कोई होर नहीं खुद कैप्टन अमरिंदर सिंह दा हलका यानी कि पटियाले दे विच बिजली चोरी होंदी सी। जे वो बिजली चोरी ही बंद कर दित्ती जाए ते बिजली चोरी लोगों के चर्चा, असीं नहीं कह रहे जन हितैषी अपनी जिम्मेवारी समझते हुए ये जिहड़ी इनफॉर्मेशन है डाटा साझा कर रहे हैं कि लोगों के जवाब है, लोगों की ही गल्लां हैगियां ते लोगों तक ही पहुँचाने की कोशिश की जा रही है कि तीनों बिजली चोरी जे रोक के आम आदमी पार्टी यही जे बिजली जी चोरी होंगी सी यही बिजली जे लोगों के वंड दे और 300 यूनिट तभी शायद पंजाब सरकार को कुछ यूनिट बिजली एक्सट्रा बच जाएंगे, मतलब सेविंग हो जाएगी। सो इनू कहते हैं कि लोगों के चर्चा है कि अंब के अंब गुठलियां के भी दम, सो चोरी बिजली चोरी भी रख देंगे रुक जाएगी तो आम आदमी नू बिजली भी मिल जाएगी 300 यूनिट फ्री तो उन्होंने को फिर सेविंग हो जाएगी। सो यह जहाँ कुणबा हैगा पर देखना ही होगा कि आम आदमी पार्टी वो बिजली चोरी रोकती है या 300 यूनिट एक्स्ट्रा बिजली चोरी जी है बिजली आम बंदे नू आम जनता नू अपनी गरंटी अनुसार दे के पंजाब के जेडे ऑलरेडी पेयर हैगे टैक्स पेयर हैगे है जेडे ऑलरेडी जी बिजली खरीद रहे हैं उन्होंने नवा बोझ पाया जाएगा। फिलहाल इस चीज़ की भी चर्चा वा बहुत बनी है पर खुशखबरी यह है आम जनता लिए कि पंजाब की जी नवी बनने वाली सरकार है जिहड़ी कि औपचारिक तौर पर 16 तरीक नूं CM साहब साढ़े जिहड़े हैगे है वह सहुं चुक्कणगे खड़खड़ कलां तों, पर कुल मिला के उस तो पहला ही उन्होंने अपनी गरंटियां जिहड़ी जिम्मेवारी है पब्लिक नूं कीते वादे है पूरे करना वल अपना कदम चक दिता हैगा। सो ये बड़ी वड्डी गल है, चंगी गल है। फिलहाल ये अगली 2 गरंटियां जिहड़ी है वह शिक्षा ते सेहत भी हैगी है, ते गलबात करिए ते ये भी दसना चाहोंगे कि जिहड़ी एजुकेशन है शिक्षा है लोगों का जन हितैषी नूं फोन आ रहा है कि एडमिशन दे टाइम चल रहे हैं और शिक्षा दे उपर चुप बैठे हैं क्योंकि शिक्षा जे इस वेले प्राइवेट निजी स्कूलों के जेडे वलों लुट कसुट जी है शुरू हो चुकी है, एडमिशन शुरू हो चुकी है, तो जे इमीडिएटली कोई डिसीजन नहीं आता तो कोई वड्डी गल नहीं कि जे 15-20 दिन बाद जे सरकार इस मामले पर कोई डिसीजन लेंदी भी है तो आम जनता को कोई फायदा नहीं होगा क्योंकि एडमिशन हो चुकी होनगिया और निजी स्कूल जेडे है कितना कितने अपन जेबा गर्म कर चुके हो। सो ये लगातार उन्ना ही इंपॉर्टेंट मुद्दा यह भी है असी जन हितैषी अपनी जिम्मेवारी समझते हुए सरकार का पंजाब सरकार भगवंत मान जिहड़े साडे CM बनन जा रहे हैं ते CM केजरीवाल जिहड़े दिल्ली दे है और सुप्रीमो है आम आदमी पार्टी के उन्होंने वाल भी ध्यान इस मामले वाल भी दवाना चाहते
ਹੈ ਕਿ ਜਨ ਹਿਤੈਸ਼ੀ ਨੂੰ ਲਗਾਤਾਰ ਲੋਕਾਂ ਦੇ ਪੇਰੈਂਟਸ ਦੇ ਫੋਨ ਆ ਰਹੇ ਕਿ ਇਸ ਮੁੱਦੇ ਨੂੰ ਚੱਕਿਆ ਜਾਏ, ਕਿਉਂਕਿ ਜਿਹੜਾ ਹੈਗਾ ਸਕੂਲਾਂ ਦੇ ਐਡਮਿਸ਼ਨ ਦਾ ਟਾਈਮ ਸਿਰ ਤੇ ਆ ਚੁੱਕਾ ਹੈ। ਸਕੂਲਾਂ ਵੱਲੋਂ ਆਲਰੇਡੀ ਐਡਮਿਸ਼ਨ ਫੀਸ ਮੰਗੀ ਜਾ ਰਹੀ ਹੈ, ਐਨੂਅਲ ਫੀਸ ਮੰਗੀ ਜਾ ਰਹੀ ਹੈਗੀ ਹੈ, ਜਿਹੜਾ ਵਨ ਟਾਈਮ ਬਿਲਡਿੰਗ ਫੰਡ ਮੰਗਿਆ ਜਾ ਰਿਹਾ। ਸੋ ਇਹਨਾਂ ਤੇ ਕੀ ਹੋਏਗਾ, ਇਹ ਸਾਰਿਆਂ ਤੇ ਹਜੇ ਜਿਹੜੀ ਹੈ ਆਮ ਆਦਮੀ ਪਾਰਟੀ ਦੀ ਜਿਹੜੀ ਚੁੱਪੀ ਹੈ ਉਹ ਪੇਰੈਂਟਸ ਨੂੰ ਖਲ ਜਿਹੜੀ ਹੈ ਖਲ ਰਹੀ ਹੈ ਫਿਲਹਾਲ ਇਸ ਵੇਲੇ।